ਹਰਸ਼ ਜਗਰਾਉ ਜਾਣੀ ਬੀਗ ਸਰਦਾਰ ਅਤੇ ਰਫਤਾਰ ਰਾਏ ਦੇ ਮੁੱਦੇ ਬਾਰੇ ਤਾਂ ਤੁਸੀਂ ਸਾਰੇ ਜਾਣ ਹੀ ਚੁੱਕੇ ਹੋਗੇ ਰਫਤਾਰ ਰਾਏ ਨੇ ਬੰਦੇ ਬੁਲਾ ਕੇ ਧੋਖੇ ਨਾਲ ਬੀਗ ਸਰਦਾਰ ਅਤੇ ਉਸ ਦੇ ਸਾਥੀਆਂ ਦੀ ਕਾਰ ਕੀਤੀ ਧੋਖੇ ਨਾਲ ਮੈਂ ਇਸ ਕਰਕੇ ਕਿਹਾ ਕਿਉਂਕਿ ਬੀਗ ਸਰਦਾਰ ਦਾ ਕਹਿਣਾ ਸੀ ਕਿ ਰਫਤਾਰ ਰਾਏ ਮੇਰਾ ਯਾਰ ਸੀ ਭਰਾ ਸੀ ਅਸੀਂ 4 ਸਾਲ ਇਕੱਠੇ ਰਹੇ ਪਰ ਇੱਕੋਦਮ ਸਾਡੇ ਨਾਲ ਇਸ ਨੇ ਦੁਸ਼ਮਣੀ ਪਾ ਲਈ ਤੇ ਮੈਨੂੰ ਬਾਹਰ ਬੁਲਾ ਕੇ ਮੇਰਾ ਟਾਈਮ ਚੁਕਾ ਦਿੱਤਾ ਮੇਰੇ ਨਾਲ ਇਹ ਕੰਮ ਕਰ ਦਿੱਤਾ ਜੋ ਮੈਂ ਤੇ ਮੇਰੇ ਘਰਦਿਆਂ ਨੇ ਕਦੇ ਸੋਚਿਆ ਤੱਕ ਨਹੀਂ ਸੀ ਅਸੀਂ ਇਕੱਠੇ ਸੌਂਦੇ ਸਾਡੇ ਘਰੇ ਇਹ ਰੋਟੀਆਂ ਖਾਂਦਾ ਰਿਆ ਪਰ ਸਾਡੇ ਤੇ ਪਿੱਠ ਤੇ ਛੋਰਾ ਮਾਰ ਗਿਆ ਸੀਸੀਟੀਵੀ ਵਾਲੀ ਵੀਡੀਓ ਤੁਸੀਂ ਵੀ ਜਰੂਰ ਦੇਖ ਲਈ ਹੋਣੀ ਜੋ ਬਿੰਗ ਸਰਦਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਖੁਦ ਅਪਲੋਡ ਕਰ ਦਿੱਤੀ ਹੈ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦ ਲੋਕਾਂ ਨੇ ਰਫਤਾਰ ਰਾਏ ਨੂੰ ਇਸ ਮੁੱਦੇ ਬਾਰੇ ਪੁੱਛਣਾ ਸ਼ੁਰੂ ਕੀਤਾ ਲਗਾਤਾਰ ਈਮੇਲਸ ਕੀਤੀਆਂ ਵਟਸਐਪ ਤੇ ਮੈਸੇਜ ਕੀਤੇ ਇੰਸਟਾ ਮੈਸੇਜ ਕੀਤੇ ਤਾਂ ਕਿਤੇ ਜਾ ਕੇ ਰਫਤਾਰ ਰਾਏ ਮੀਡੀਆ ਸਾਹਮਣੇ ਆਉਂਦਾ ਹੈ ਤੇ ਆਪਣਾ ਇੱਕ ਬਹੁਤ ਵੱਡਾ ਬਿਆਨ ਦਿੰਦਾ ਹੈ ਰਫਤਾਰ ਰਾਏ ਕਹਿੰਦਾ ਹੈ ਕਿ ਮੈਂ ਤੇ ਮੇਰੇ ਸਾਥੀਆਂ ਨੇ ਬਿੰਗ ਸਰਦਾਰ ਦੀ ਟੱਕਰ ਕੀਤੀ ਹੈ ਅਸੀਂ ਸੱਦੇ ਮੱਤੇ ਇਸ ਦਾ ਟਾਈਮ ਚੱਕਿਆ ਇਸ ਨੂੰ ਫੋਨ ਲਾ ਕੇ ਕਿਹਾ ਕਿ ਬਲਾਲਾ ਜਿਹੜੀ ਲਗਾਉੜ ਬੁਲਾਉਣੀ ਆ ਅਸੀਂ ਖੜਿਆ ਫਿਰ ਉਹਦੇ ਸਾਥੀ ਆ ਜਾਂਦਿਆਂ ਨਾ ਪਰ ਅਸੀਂ ਇਹਨਾਂ ਦਾ ਮਾਰ ਮਾਰ ਨਾ ਸੀ ਧੂਆਂ ਲਿਆਤਾ ਇਹਨਾਂ ਨੂੰ ਬਹੁਤ ਤੁਸੀਂ ਉਹ ਵੀਡੀਓਜ਼ ਵੀ ਦੇਖ ਲਈਆਂ ਹੋਣੀਆਂ ਹਾਲੇ ਤਾਂ ਇਹ ਸ਼ੁਰੂਆਤ ਹੈ ਹਰਸ਼ ਤੇਰਾ ਕੰਮ ਕਰਕੇ ਦਮ ਲਵਾਂਗੇ ਤੈਨੂੰ ਸੱਦੇ ਮੱਤੇ ਧਮਕੀ ਦੇ ਦਿੱਤੀ ਭੱਜ ਲੈ ਜਿੱਥੇ ਭੱਜਣਾ ਤੈਨੂੰ ਅਸੀਂ ਨਹੀਂ ਬਚਣਾ ਤੇ ਫਿਰ ਅਖੀਰ ਤੇ ਰਫਤਾਰ ਰਾਈ ਲੜਾਈ ਦਾ ਕਾਰਨ ਦੱਸਦਾ ਹੈ ਤੇ ਕਹਿੰਦਾ ਕੀ ਹਰਸ਼ ਨੇ ਮੇਰੇ 50000 ਰੁਪਏ ਖਾਦੇ ਆ ਅਸੀਂ ਉਹਦਾ ਹਿਸਾਬ ਲੈ ਕੇ ਜਾਣਾ ਫਰ ਗੁੱਸੇ ਵਿੱਚ ਰਫਤਾਰ ਆ ਇੱਕ ਦੋ ਗਾਲਾਂ ਕੱਢ ਕੇ ਲਾਈਵ ਕੱਟ ਦਿੰਦਾ ਹੈ ਏਸੀ ਰਫਤਾਰ ਰਾਏ ਦੇ ਬਿਆਨ ਧੰਨਵਾਦ